ਇਲਾਕੇ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਅਜਿਹੀ ਹੀ ਲੁੱਟੀ ਵਾਰਦਾਤ ਸਾਹਮਣੇ ਆਈ ਹੈ ਟਕੋਲੀ ਦੇ ਪੀਰ ਮੁਛੱਲਾ ਇਲਾਕੇ ਤੋਂ, ਜਿੱਥੇ ਕਿ ਇੱਕ ਲੇਡੀ ਡਾਕਟਰ ਦੇ ਨਾਲ ਕਲੀਨਿਕ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ। ਦੱਸਦੇ ਕਿ ਇਹ ਲੁਟੇਰੇ ਪੇਟ ਦਰਦ ਦੀ ਦਵਾਈ ਲੈਣ ਦੇ ਬਹਾਨੇ ਕਲੀਨਿਕ ਦੇ ਅੰਦਰ ਦਾਖਲ ਹੁੰਦੇ ਨੇ। ਬਾਈਕ ਤੇ ਸਵਾਰ ਹੋ ਕੇ ਇਹ ਦੋ ਲੁਟੇਰੇ ਕਲੀਨਿਕ ਪਹੁੰਚਦੇ ਨੇ ਤੇ ਜਿਸ ਤੋਂ ਬਾਅਦ ਇੱਕ ਸਨੈਚਰ ਕਲੀਨਿਕ ਦੇ ਅੰਦਰ ਜਾਂਦਾ ਹੈ ਤੇ ਦੂਸਰਾ ਬਾਹਰ ਹੀ ਬਾਈਕ ਦੇ ਉੱਪਰ ਖੜਾ ਰਹਿੰਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੀ ਸਾਫ ਦੇਖ ਸਕਦੇ ਹੋ। ਮਹਿਲਾ ਡਾਕਟਰ ਉਸਨੂੰ ਪੇਟ ਦਰਦ ਦੀ ਦਵਾਈ ਦਿੰਦੀ ਹੈ ਤੇ ਜਦ ਉਹ ਪੈਸੇ ਗੱਲੇ ਦੇ ਵਿੱਚ ਰੱਖਣ ਲੱਗਦੀ ਹੈ ਤਾਂ ਨੌਜਵਾਨ ਪਿੱਛੋਂ ਉਸਦੀ ਗਰਦਨ ਦੇ ਉੱਪਰ ਜ਼ੋਰਦਾਰ ਮੁੱਕਾ ਮਾਰ ਦਿੰਦਾ, ਜਿਸ ਦੇ ਚੱਲਦੇ ਉਹ ਹੇਠਾਂ ਡਿੱਗ ਜਾਂਦੀ ਹੈ ਤੇ ਯੁਵਕ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕਰੀਬ 2 ਤੋਲੇ ਦੀ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਜਾਂਦੇ ਨੇ। ਪੀੜਤ ਡਾਕਟਰ ਦਾ ਕੀ ਕੁੱਝ ਕਹਿਣਾ ਹੈ ਤੁਸੀਂ ਵੀ ਸੁਣੋ। ਕੱਲ੍ਹ ਮੈਂ 5 ਵਜੇ ਇੱਥੇ ਬੈਠੀ ਸੀ ਦੁਕਾਨ 'ਤੇ, ਇੱਕ ਬੰਦਾ ਦਵਾਈ ਲੈਣ ਆਇਆ ਅਤੇ ਉਹਨੇ ਦਵਾਈ ਵਾਸਤੇ ਮੈਨੂੰ ਕਿਹਾ ਵੀ ਦਵਾਈ ਲੈਣੀ ਹੈ। ਫਿਰ ਮੈਂ ਉਹਨੂੰ ਦਵਾਈ ਦਿੱਤੀ ਅਤੇ ਮੈਂ ਉਹਨੂੰ ਪੁੱਛਣ ਲੱਗਿਆ, ਕਹਿੰਦਾ ਪੈਸੇ ਕਿੰਨੇ ਹੋਏ? ਮੈਂ ਉਹਨੂੰ ਕਿਹਾ 90 ਰੁਪਏ। ਉਹਨੇ 100 ਦਾ ਨੋਟ ਮੈਨੂੰ ਦਿੱਤਾ ਕੱਢ ਕੇ ਅਤੇ ਮੈਂ 100 ਰੁਪਇਆ ਖੜੀ ਸੀ ਇੱਥੇ, ਇੱਧਰ ਮੈਂ ਘੁੰਮੀ ਦੂਜੇ ਪਾਸੇ ਨੂੰ ਪੈਸੇ ਦੇਣ ਵਾਸਤੇ, ਉਹਨੂੰ 10 ਰੁਪਏ ਇਕੱਲੇ 'ਚ ਪੈਸੇ ਰੱਖਣ ਲੱਗਾ। ਉਹਨੇ ਪਿੱਛੇ ਦੀ ਮੇਰੇ ਮਾਰਿਆ ਗਰਦਨ 'ਤੇ ਮਾਰ ਕੇ ਅਤੇ ਪਿੱਛੋਂ ਦੀ ਚੈਨੀ ਕੱਢ ਕੇ ਲੈ ਲਿਆ। ਕਿੰਨੇ ਤੋਲੇ ਕੀ ਚੈਨੀ ਹੈ? 2 ਤੋਲੇ ਦੀ ਚੈਨੀ ਹੈ। ਉਹ ਤੋਂ ਥੋੜ੍ਹੀ ਬਹੁਤ ਥੱਲੇ ਆ ਜਾਂ ਉੱਪਰ ਹੈ? ਪਹਿਲੇ ਵੀ ਤੁਸੀਂ ਕੋਈ ਦਵਾਈ ਲੈਣ ਆਏ ਤੋਂ ਅੰਦਰ ਦੇ? ਪਹਿਲੇ ਨਹੀਂ ਆਏ ਮੇਰੇ ਕੋਲ ਕੋਈ ਵੀ। ਅੱਛਾ, ਪੁਲਿਸ ਸ਼ਿਕਾਇਤ ਕਰਤੀ? ਹਾਂਜੀ, ਪੁਲਿਸ ਮਤੀ ਪੁਲਿਸ ਵਾਲੇ ਆਏ ਵੀ ਸੀ ਕੱਲ੍ਹ, ਉਹਨਾਂ ਨੇ ਸਾਹਮਣੇ ਦੇਖਿਆ ਨਾ ਚਨਾਰ ਹੋਣ ਤੋਂ ਕੱਢ ਕੇ ਦੇਖਿਆ, ਉਹ ਵੀ ਕਹਿੰਦੇ ਇਹਦੇ 'ਚ ਕਲੀਅਰ ਨਹੀਂ ਆਉਂਦਾ, ਇੱਧਰ ਮੋਦੀ ਹਵਾਈ 'ਚ ਗਏ ਹਾਂ ਉੱਥੇ ਕਹਿੰਦੇ ਲਾਈਟ ਨਹੀਂ ਹੈ ਜੀ। ਫਿਰ ਮੈਂ ਉਹਨਾਂ ਦਾ ਨੰਬਰ ਵੀ ਲਿਆ, ਉਹਨਾਂ ਨੂੰ ਦੁਬਾਰਾ ਨੰਬਰ ਕੀਤਾ, ਫੋਨ ਕੀਤਾ ਉਹਨਾਂ ਨੂੰ, ਉਹ ਕਹਿੰਦੇ ਅਸੀਂ ਦੇਖਦੇ ਹਾਂ ਜੀ ਵੀ ਤੁਸੀਂ ਵੀ ਧਿਆਨ ਰੱਖਾ ਜੀ ਦੇ ਰਹੇ। ਸਵੇਰੇ ਅਸੀਂ ਗਏ ਹਾਂ ਰਿਪੋਰਟ ਦਾ ਉਹ ਲੈਣ, ਕਾਪੀ ਲੈਣ ਵਾਸਤੇ, ਉਹਨਾਂ ਨੇ ਨੰਬਰ ਦਿੱਤਾ ਸਾਨੂੰ, ਕਹਿੰਦੇ ਅਸੀਂ ਧਿਆਨ ਰੱਖੂਗੇ ਤੁਸੀਂ ਵੀ ਦੇਖੋਗੇ। ਇੰਸੀਡੈਂਟ ਇੱਥੇ ਹੋਇਆ ਨੇੜੇ ਤੇੜੇ ਤਾਂ ਹੋਇਆ ਨਹੀਂ। ਕੱਲ੍ਹ ਜੋ ਇੰਸੀਡੈਂਸ ਹੋਇਆ ਤੁਸੀਂ ਸ਼ੋਪ ਤੇ ਇਕੱਲੇ ਸੀ ਉਰੇ? ਇਕੱਲੇ ਸੀ, ਕੋਈ ਪੇਸ਼ੈਂਟ ਦੂਜਾ ਕੋਈ ਨਹੀਂ ਸੀਗਾ? ਮਤਲਬ ਕੋਈ ਨਹੀਂ ਸੀਗਾ, ਬਸ ਇਹ ਨਾਲ ਵਾਲੇ ਪੜੋਸੀ ਬਾਹਰ ਬੈਠੇ ਸੀਗੇ। ਅੱਛਾ, ਤੇ ਉਹ ਅੰਦਰ ਆ ਕੇ ਉਹਨੇ ਇੰਸੀਡੈਂਟ ਇੱਥੇ ਬੈਠੇ ਸਾਹਮਣੇ ਵਾਲੇ ਟੇਬਲ ਤੇ ਬੈਠੇ ਬੈਂਚ ਤੇ ਦਵਾਈ ਮੰਗੀ। ਦੱਸਦੇ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਨੈਚਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਦਕਿ ਭੱਜਦੇ ਵੇਲਿਆਂ ਸੁਸਾਇਟੀ ਦੇ ਗੇਟ ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਨੈਚਰਾਂ ਦੀ ਤਸਵੀਰਾਂ ਕੈਦ ਹੋ ਗਈਆਂ। ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਨੇੜੇ ਤੇੜੇ ਦੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਗਬਾਣੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ।